ਸਾਡੇ ਕੋਲ ਤਨ ਹੈ, ਮਨ ਹੈ। ਤਨ ਪ੍ਰਭੂ ਨੇ ਐਸਾ ਬਣਾਇਆ ਹੈ, ਇਹਦੇ 'ਚ ਭੁੱਖ ਹੈ, ਇਹਦੇ 'ਚ ਪਿਆਸ ਹੈ। ਭੁੱਖ ਮਨੁੱਖ ਨੂੰ ਮਜਬੂਰ ਕਰਦੀ ਹੈ ਭੋਜਨ ਦੇ ਤਲਾਸ਼ 'ਤੇ, ਪਿਆਸ ਮਨੁੱਖ ਨੂੰ ਮਜਬੂਰ ਕਰਦੀ ਹੈ ਪਾਣੀ ਦੀ ਤਲਾਸ਼ 'ਤੇ। ਲੇਕਿਨ ਮਨੁੱਖ ਦੇ ਮਨ ਵਿੱਚ ਪਰਮਾਤਮਾ ਦੀ ਪਿਆਸ ਵੀ ਹੈ। ਐਸਾ ਕੋਈ ਮਨ ਨਹੀਂ ਜਿਸ ਦੇ ਅੰਦਰ ਨਹੀਂ ਹੈ। ਮਨੁੱਖ ਨੂੰ ਐਸਾ ਜੀਵਨ ਚਾਹੀਦਾ ਹੈ ਜਿਹਦੇ 'ਚ ਮੌਤ ਨਾ ਹੋਵੇ। ਐਸੇ ਪਰਮ ਜੀਵਨ ਦਾ ਨਾਂ ਹੀ ਪਰਮਾਤਮਾ ਹੈ। ਮਨੁੱਖ ਨੂੰ ਐਸਾ ਰਸ ਚਾਹੀਦਾ ਜੋ ਕਦੀ ਬੇਰਸ ਨਾ ਹੋਵੇ। ਉਸ ਪਰਮ ਰਸ ਦਾ ਨਾਂ ਹੀ ਪਰਮਾਤਮਾ ਹੈ। ਮਨੁੱਖ ਨੂੰ ਐਸੀ ਇੱਜ਼ਤ ਚਾਹੀਦੀ ਹੈ, ਐਸੀ ਸ਼ਕਤੀ ਚਾਹੀਦੀ ਹੈ ਜੋ ਕਦੀ ਕਮਜ਼ੋਰੀ 'ਚ ਨਾ ਬਦਲੇ। ਐਸੀ ਪਰਮ ਸ਼ਕਤੀ ਦਾ ਨਾਮ ਪਰਮਾਤਮਾ ਹੈ, ਐਸੀ ਪਰਮ ਪ੍ਰਭਤਾ ਦਾ ਨਾਂ ਹੀ ਪ੍ਰਭੂ ਹੈ, ਪਰਮਾਤਮਾ। ਮਨੁੱਖ ਨੂੰ ਐਸਾ ਧਨ ਚਾਹੀਦਾ ਹੈ ਜੋ ਦਿਨ ਰਾਤ ਵਧਦਾ ਜਾਏ, ਵਧਦਾ ਜਾਏ, ਕਦੀ ਘਟੇ ਨਾ। ਉਸੇ ਪਰਮ ਧਨ ਦਾ ਨਾਂ ਪਰਮਾਤਮਾ ਹੈ, ਵਧਦਾ ਹੈ, ਘਟਦਾ ਨਹੀਂ। ਮਨੁੱਖ ਨੂੰ ਐਸਾ ਸਵਪਨ ਚਾਹੀਦਾ ਹੈ, ਐਸੀ ਸੁੰਦਰਤਾ ਚਾਹੀਦੀ ਹੈ ਜੋ ਹਰ ਇੱਕ ਦੀ ਅੱਖਾਂ ਲਈ ਕਾਬਲੇ ਦੀਦ ਹੋਵੇ। ਉਸ ਪਰਮ ਸੁਹੱਪਣ ਦਾ ਨਾਂ ਹੀ ਪਰਮਾਤਮਾ। ਕੋਈ ਐਸਾ ਮਨ ਨਹੀਂ ਜੋ ਪਰਮਾਤਮਾ ਦੀ ਪਿਆਸ ਨਹੀਂ ਰੱਖਦਾ, ਪਰਮਾਤਮਾ ਦੀ ਭੁੱਖ ਨਹੀਂ ਰੱਖਦਾ। ਕੋਈ ਐਸਾ ਤਨ ਨਹੀਂ ਜੋ ਪਾਣੀ ਦੀ ਪਿਆਸ ਨਹੀਂ ਰੱਖਦਾ, ਭੋਜਨ ਦੀ ਭੁੱਖ ਨਹੀਂ ਰੱਖਦਾ। ਇੱਕ ਮਾਸੂਮ ਬੱਚਾ ਹੈ, ਨਵਾਂ ਜਨਮਿਆ ਬੱਚਾ ਹੈ, ਭੁੱਖ ਉਸਨੂੰ ਵੀ ਲੱਗਦੀ ਹੈ, ਪਿਆਸ ਉਸਨੂੰ ਵੀ ਲੱਗਦੀ ਹੈ, ਔਰ ਉਹ ਰੋਂਦਾ ਹੈ। ਲੇਕਿਨ ਇਹ ਭੁੱਖ ਕੀ ਹੈ, ਪਿਆਸ ਕੀ, ਉਹਨੂੰ ਸਮਝ ਨਹੀਂ ਹੈ। ਕਹਿੰਦੇ ਨੇ ਮਾਂ ਬਾਪ ਨਾ ਮੰਨ ਤੇ ਮਨੁੱਖੀ ਬੱਚਾ ਨਹੀਂ ਪਲ ਸਕਦਾ, ਨਹੀਂ ਪਲ ਸਕਦਾ। ਭੁੱਖ ਤੇ ਲੱਗਦੀ ਹੈ, ਭੁੱਖ ਦੀ ਪੂਰਤੀ ਉਹ ਸਵੈਮ ਨਹੀਂ ਕਰ ਸਕਦਾ। ਤੇ ਭੁੱਖ ਕੀ ਹੈ ਇਸਦਾ ਵੀ ਕੁਛ ਨਹੀਂ ਪਤਾ, ਤੇ ਭੁੱਖ ਮਿਟੇਗੀ ਕਿਵੇਂ ਇਸਦਾ ਵੀ ਉਸਨੂੰ ਕੋਈ ਨਹੀਂ ਪਤਾ। ਅਗਰ ਮਾਂ ਨਾ ਹੋਵੇ, ਉਹਨੂੰ ਦੁੱਧ ਨਾ ਪਿਲਾਏ, ਉਹਨੂੰ ਪਾਣੀ ਨਾ ਪਿਲਾਏ, ਮਨੁੱਖੀ ਬੱਚਾ ਤੇ ਨਹੀਂ ਜੀ ਸਕਦਾ। ਭੁੱਖ ਲੱਗਦੀ ਹੈ, ਰੋਂਦਾ ਹੈ, ਕੁਰਲਾਉਂਦਾ ਹੈ। ਲੇਕਿਨ ਮੈਂ ਫਿਰ ਅਰਜ਼ ਕਰਾਂ, ਇਹ ਭੁੱਖ ਕਿਵੇਂ ਮਿਟੇਗੀ, ਬੱਚੇ ਨੂੰ ਕੁਛ ਵੀ ਨਹੀਂ ਪਤਾ। ਔਰ ਇਹ ਭੁੱਖ ਕੀ ਹੈ ਇਸਦਾ ਵੀ ਨਹੀਂ ਪਤਾ, ਲੇਕਿਨ ਭੁੱਖ ਕਰਕੇ ਰੋਂਦਾ, ਕਿਉਂਕਿ ਭੁੱਖ ਦੁੱਖ ਹੈ, ਭੁੱਖ ਹੀ ਦੁੱਖ ਹੈ, ਭੁੱਖ ਹੀ ਦੁੱਖ ਹੈ, ਦੁੱਖ ਕਰਕੇ ਰੋਂਦਾ ਹੈ। ਉਸਦੇ ਅੰਦਰ ਵੀ ਭੁੱਖ ਤੇ ਪਿਆਸ ਹੈ, ਤੇ ਭੁੱਖ ਉਸਨੂੰ ਰੋਣ ਤੇ ਮਜਬੂਰ ਕਰ ਦਿੰਦੀ ਹੈ। ਮਾਂ ਦੀ ਸਮਝ 'ਚ ਆ ਜਾਂਦਾ ਹੈ ਭੁੱਖ ਲੱਗੀ ਹੈ, ਉਸਨੂੰ ਨਹੀਂ ਪਤਾ। ਮਨੁੱਖ ਦੇ ਪ੍ਰਾਣਾਂ ਵਿੱਚ ਵੀ ਪਿਆਸ ਹੈ ਐਸੇ ਧਨ ਦੀ, ਜੋ ਵਧਦਾ ਹੀ ਜਾਏ, ਵਧਦਾ ਹੀ ਜਾਏ, ਕਦੇ ਵੀ ਨਾ ਘਟੇ। ਮਨੁੱਖ ਨੂੰ ਨਹੀਂ ਪਤਾ, ਉਸ ਪਰਮ ਧਨ ਦਾ ਗੁਰੂ ਨੂੰ ਪਤਾ ਹੈ, ਗੁਰੂ ਦੱਸਦਾ ਹੈ।
ਮਨੁੱਖ ਨੂੰ ਨਹੀਂ ਪਤਾ। ਮਨੁੱਖ ਨੂੰ ਐਸਾ ਰਸ ਚਾਹੀਦਾ ਹੈ, ਕਦੀ ਬੇਰਸ ਨਾ ਹੋਵੇ। ਕਿਵੇਂ ਮਿਲੇਗਾ, ਕੀ ਹੈ? ਮਨੁੱਖ ਨੂੰ ਕੁਛ ਨਹੀਂ ਪਤਾ। ਚਾਹਤ ਤੇ ਹੈ, ਕੁਰਲਾਂਦਾ ਤੇ ਹੈ, ਤੜਪਦਾ ਤੇ ਹੈ, ਮਾਨਸਿਕ ਤਰਲ ਤੇ ਹਰ ਮਨੁੱਖ ਤੜਪ ਰਿਹਾ, ਪਰ ਗੁਰੂ ਨੂੰ ਪਤਾ ਕਿ ਪਰਮ ਰਸ ਕਿਵੇਂ ਮਿਲੇਗਾ। ਮਨੁੱਖ ਦੇ ਪ੍ਰਾਣਾਂ ਵਿੱਚ ਪਿਆਸ ਹੈ ਐਸੀ ਸ਼ਕਤੀ ਦੀ ਜੋ ਕਦੀ ਕਮਜ਼ੋਰੀ ਵਿੱਚ ਨਾ ਬਦਲੇ। ਪਰ ਕਿਵੇਂ ਹੋਵੇਗਾ, ਕੁਛ ਨਹੀਂ ਪਤਾ, ਗੁਰੂ ਨੂੰ ਪਤਾ। ਐਸਾ ਜੀਵਨ ਚਾਹੀਦਾ ਜਿਹਦੇ 'ਚ ਮੌਤ ਨਾ ਹੋਵੇ, ਜਿਸ ਜ਼ਿੰਦਗੀ ਦਾ ਜਨਾਜ਼ਾ ਨਾ ਉੱਠੇ। ਉਹ ਜ਼ਿੰਦਗੀ ਕੀ ਹੈ ਜਿਸ ਦੀ ਪ੍ਰਾਣਾਂ ਵਿੱਚ ਪਿਆਸ ਹੈ? ਮਨੁੱਖ ਨੂੰ ਕੁਛ ਨਹੀਂ ਪਤਾ ਇਹ ਪਿਆਸ ਕਿਵੇਂ ਮਿਟੇਗੀ, ਗੁਰੂ ਨੂੰ ਪਤਾ ਹੈ। ਇਸ ਵਾਸਤੇ ਮੈਂ ਅਰਜ਼ ਕਰਾਂ, ਧਾਰਮਿਕ ਤਲ 'ਤੇ ਮਨੁੱਖ ਬੱਚਾ ਹੈ, ਗੁਰੂ ਨੂੰ ਪਤਾ ਹੈ। ਜਿਵੇਂ ਇੱਕ ਬੱਚੇ ਨੂੰ ਆਪਣੀ ਭੁੱਖ ਪਿਆਸ ਮਿਟਾਉਣ ਦਾ ਕੋਈ ਵੀ ਬੋਧ ਨਹੀਂ, ਰੋ ਪੈਂਦਾ, ਬਸ ਸਿਰਫ ਰੋਂਦਾ, ਸਿਰਫ ਰੋ ਪੈਂਦਾ। ਮਾਂ ਨੂੰ ਪਤਾ ਚੱਲ ਜਾਂਦਾ ਹੈ। ਆਪਦੀ ਗਿਆਤ ਲਈ ਅਰਜ਼ ਕਰਾਂ, ਜਿਸ ਦਿਨ ਉਹ ਪ੍ਰਾਣਾਂ ਦੀ ਪਿਆਸ ਮਨੁੱਖ ਨੂੰ ਤੜਪਾ ਦੇਵੇ, ਰੁਲਾ ਦੇਵੇ, ਖੇਡ ਬਣ ਜਾਏਗੀ, ਬਣ ਜਾਏਗੀ। ਇਹ ਵੀ ਮੈਂ ਅਰਜ਼ ਕਰਦੇ ਹਾਂ, ਉਸ ਤੋਂ ਪਹਿਲੇ ਨਹੀਂ ਬਣੇਗੇ। ਭਾਵੇਂ ਮਾਂ ਦੇ ਅੰਦਰ ਬੜੀ ਮਮਤਾ ਹੈ, ਬੜਾ ਪਿਆਰ ਹੈ, ਪਰ ਉਹਨੂੰ ਵੀ ਉਦੋਂ ਹੀ ਪਤਾ ਚੱਲਦਾ ਜਦ ਬੱਚਾ ਰੋਂਦਾ। ਭੁੱਖ ਲੱਗਦੀ ਹੈ, ਪਿਆਸ ਲੱਗਦੀ ਹੈ, ਮਾਸੂਮ ਬੱਚੇ ਨੂੰ ਤੜਪ ਉੱਠਦਾ, ਹੱਥ ਪੈਰ ਮਾਰਦਾ, ਰੋਂਦਾ ਹੈ, ਮਾਂ ਨੂੰ ਪਤਾ ਚੱਲ ਜਾਂਦਾ ਭੁੱਖ ਲੱਗੀ ਹੈ, ਇਹਨੂੰ ਪਿਆਸ ਲੱਗੀ ਹੈ। ਉਹ ਪਾਣੀ ਪਾਣੀ ਮੰਗ ਵੀ ਨਹੀਂ ਸਕਦਾ ਕਿਉਂਕਿ ਅਜੇ ਬੋਲ ਨਹੀਂ ਸਕਦਾ, ਭੁੱਖ ਲੱਗੀ ਐਸਾ ਕਹਿ ਵੀ ਨਹੀਂ ਸਕਦਾ। ਔਰ ਅੰਦਰ ਜੋ ਦੁੱਖ ਪੈਦਾ ਹੋ ਗਿਆ ਭੁੱਖ ਕਰਕੇ, ਇਸਦਾ ਉਸਨੂੰ ਪਤਾ ਵੀ ਕੋਈ ਨਹੀਂ, ਦੁੱਖ ਦੇ ਕਾਰਨ ਦਾ ਵੀ ਨਹੀਂ ਪਤਾ, ਪਰ ਰੋਂਦਾ ਹੈ, ਮਾਂ ਉਸਦੀ ਪੂਰਤੀ ਕਰ ਦਿੰਦੀ ਹੈ। ਪ੍ਰਾਣਾਂ ਵਿੱਚ ਪਿਆਸ ਹੈ, ਮੈਂ ਇੱਕ ਦਫ਼ਾ ਫਿਰ ਦੁਹਰਾਵਾਂ, ਐਸੇ ਜੀਵਨ ਦੀ ਜਿਹਦੇ 'ਚ ਕਤਈ ਮੌਤ ਨਾ ਹੋਵੇ, ਐਸੇ ਜੀਵਨ ਦਾ ਨਾਂ ਹੀ ਪਰਮਾਤਮਾ ਹੈ। ਹਰ ਇੱਕ ਦੇ ਅੰਦਰ ਪਿਆਸ, ਹਰ ਮਨੁੱਖ ਐਸਾ ਚਾਹੁੰਦਾ। ਪ੍ਰਾਣਾਂ ਵਿੱਚ ਪਿਆਸ ਹੈ ਮਨੁੱਖ ਦੇ ਐਸੇ ਧਨ ਦੀ ਜੋ ਦਿਨ ਰਾਤ ਵੱਧਦਾ ਹੀ ਜਾਏ, ਵੱਧਦਾ ਹੀ ਜਾਏ, ਕਦੀ ਘਟੇ ਨਾ, ਉਸ ਪਰਮ ਧਨ ਦਾ ਨਾਂ ਹੀ ਪਰਮਾਤਮਾ। ਮਨੁੱਖ ਨੂੰ ਐਸੀ ਇੱਜ਼ਤ ਚਾਹੀਦੀ ਹੈ ਜੋ ਕਦੀ ਬੇਇੱਜ਼ਤੀ 'ਚ ਨਾ ਬਦਲੇ, ਉਸ ਪਰਮ ਪ੍ਰਭਤਾ ਦਾ ਨਾਂ ਹੀ ਪਰਮਾਤਮਾ। ਐਸੀ ਸ਼ਕਤੀ ਚਾਹੀਦੀ ਹੈ ਜੋ ਕਦੀ ਕਮਜ਼ੋਰੀ 'ਚ ਨਾ ਬਦਲੇ, ਉਸ ਪਰਮ ਸ਼ਕਤੀ ਦਾ ਨਾਂ ਹੀ ਪਰਮਾਤਮਾ। ਪਿਆਸ ਤੇ ਹੈ, ਭੁੱਖ ਤੇ ਹੈ, ਪਰ ਇਹ ਭੁੱਖ ਇਹ ਪਿਆਸ ਉਸ ਸੀਮਾ ਤੱਕ ਨਹੀਂ ਪਹੁੰਚੀ ਕਿ ਹਿਰਦਾ ਤੜਪ ਉੱਠੇ, ਰੋ ਉੱਠੇ, ਕਿ ਗੁਰੂ ਦਾ ਮਿਲਾਪ ਹੋ ਜਾਏ, ਇਸਦੀ ਪੂਰਤੀ ਹੋ ਜਾਏ। ਵਿਚਕਾਰ ਰੁਕਾਵਟ ਕੀ ਹੈ? ਹੁਣ ਮੈਂ ਅਰਜ਼ ਕਰਾਂ, ਤਨ ਮੈਲਾ ਹੈ, ਸਮਾਜ ਨਹੀਂ ਕਬੂਲ ਕਰਦਾ, ਸਮਾਜ ਦੇ 'ਚ ਮਨੁੱਖ ਬੈਠਾ ਵੀ ਚੰਗਾ ਨਹੀਂ ਲੱਗਦਾ। ਲੋਕੀ ਕਹਿੰਦੇ ਨੇ ਇਹਦਾ ਮੂੰਹ ਮੱਥਾ ਬੜਾ ਮੈਲਾ, ਇਹਦੇ ਹੱਥ ਮੈਲੇ ਨੇ, ਇਹਦੇ ਪੈਰ ਮੈਲੇ ਨੇ, ਇਹਦੇ ਕੱਪੜੇ ਮੈਲੇ ਨੇ, ਬੋ ਆਉਂਦੀ ਹੈ, ਬਦਬੋ ਆਉਂਦੀ ਹੈ, ਸਰੀਰ ਮੈਲਾ, ਕੱਪੜੇ ਮੈਲੇ ਨੇ, ਮੂੰਹ ਮੱਥਾ ਮੈਲਾ, ਸਮਾਜ ਨਹੀਂ ਕਬੂਲ ਕਰਦਾ, ਮਨ ਮੈਲਾ, ਪਰਮਾਤਮਾ ਨਹੀਂ ਕਬੂਲ ਕਰਦਾ।
ਪਰਮਾਤਮਾ ਕਹਿੰਦਾ ਜਿਵੇਂ ਮੈਂ ਤੈਨੂੰ ਜਗਤ ਵਿੱਚ ਭੇਜਿਆ ਸੀ ਵੈਸੇ ਹੀ ਵਾਪਸ ਆ। ਮਾਸੂਮ ਬੱਚਾ ਮਾਨਸਿਕ ਤਲ ਤੇ ਨਿਰਮਲ ਹੈ, ਨਵਾਂ ਜਨਮਿਆ ਬੱਚਾ ਨਿਰਮਲ ਹੈ, ਨਾ ਵਾਸ਼ਨਾ ਹੈ, ਨਾ ਕ੍ਰੋਧ ਹੈ, ਨਾ ਲੋਭ ਹੈ, ਨਾ ਕਾਮ ਹੈ, ਨਾ ਹੰਕਾਰ ਹੈ, ਕੁਛ ਵੀ ਨਹੀਂ ਹੈ, ਬਿਲਕੁਲ ਨਿਰਮਲ ਹੈ, ਸ਼ੁੱਧ ਹੈ। ਇਸ ਵਾਸਤੇ ਧਾਰਮਿਕ ਵਿਦਵਾਨ ਕਹਿੰਦੇ ਨੇ ਸੰਤ ਕੈਸੇ ਹੁੰਦੇ ਨੇ, ਬੱਚੇ ਜੈਸੇ, ਬੱਚਾ ਕੈਸਾ ਹੁੰਦਾ, ਸੰਤ ਜੈਸਾ। ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਪਾਇਓ ਬਾਲ ਬੁੱਧ ਸੁਖ ਰਹੇ, ਪਰਮਾਤਮਾ ਮਿਲਿਆ ਬਾਲ ਬੁੱਧੀ ਕਰਕੇ, ਬਾਲ ਬੁੱਧੀ ਕਰਕੇ। ਔਰ ਰਾਬਿੰਦਰਨਾਥ ਟੈਗੋਰ ਕਹਿੰਦੇ ਸਨ ਜਿਸ ਮਨੁੱਖ ਨੂੰ ਫੁੱਲ ਨਹੀਂ ਚੰਗੇ ਲੱਗਦੇ, ਜਿਸ ਮਨੁੱਖ ਨੂੰ ਸੰਗੀਤ ਨਹੀਂ ਚੰਗਾ ਲੱਗਦਾ, ਤੇ ਜਿਸ ਮਨੁੱਖ ਨੂੰ ਮਾਸੂਮ ਬੱਚੇ ਨਹੀਂ ਚੰਗੇ ਲੱਗਦੇ, ਉਹ ਮਨੁੱਖ ਮਨੁੱਖ ਨਹੀਂ ਹੋਵੇਗਾ, ਕੋਈ ਪੱਥਰ ਹੀ ਹੋਵੇਗਾ। ਉਹ ਇੰਜ ਕਹਿੰਦਾ, ਕੁਝ ਸਿੱਖਣਾ ਚਾਹੀਦਾ। ਬੱਚਾ ਅੰਦਰੋਂ ਬਾਹਰੋਂ ਇੱਕ ਹੈ, ਭੋਲ ਹੈ, ਪਾਵਨ ਹੈ, ਪਵਿੱਤਰ ਹੈ, ਲੇਕਿਨ ਇੱਕ ਕਮੀ ਹੈ ਉਸਦੇ ਅੰਦਰ, ਅਚੇਤ ਹੈ, ਨਾ ਸਮਝ ਹੈ। ਅਵਸਥਾ ਉਸ ਕੋਲ ਬ੍ਰਹਮ ਗਿਆਨ ਨਹੀਂ ਦੀ ਹੈ, ਸਮਝ ਉਸ ਕੋਲ ਬ੍ਰਹਮ ਗਿਆਨ ਦੀ ਨਹੀਂ ਹੈ, ਅਵਸਥਾ ਬ੍ਰਹਮ ਗਿਆਨ ਦੀ ਹੈ। ਇਸ ਵਾਸਤੇ ਈਸਾ ਨੂੰ ਕਹਿਣਾ ਪੈ ਗਿਆ ਮੇਰੇ ਪ੍ਰਭੂ ਦੇ ਦਰਵਾਜ਼ੇ ਤੇ ਬਸ ਬੱਚਿਆਂ ਲਈ ਖੁੱਲੇ ਨੇ, ਬੱਚਿਆਂ ਲਈ ਖੁੱਲੇ ਤੋਂ ਮੁਰਾਦ ਜਿਨ੍ਹਾਂ ਦਾ ਬੱਚਿਆਂ ਜੈਸਾ ਸੁਭਾਅ ਹੋ ਗਿਆ, ਬੱਚਿਆਂ ਜੈਸੇ ਪਾਵਨ ਹੋ ਗਏ ਨੇ, ਬੱਚਿਆਂ ਜੈਸੇ ਪਵਿੱਤਰ ਹੋ ਗਏ ਨੇ। ਬੱਚਾ ਤਨ ਕਰਕੇ ਤੇ ਮਲ ਮੂਤਰ ਚ ਹੀ ਆਉਂਦਾ ਹੈ ਔਰ ਉਸਨੂੰ ਸਮੈਲ ਦਾ ਨਹੀਂ ਪਤਾ, ਪਰ ਮਨ ਕਰਕੇ ਨਿਰਮਲ ਹੈ। ਪਰ ਜੈਸੇ ਵੱਡਾ ਹੁੰਦਾ ਹੈ, ਬਾਲਗ ਆਉਂਦਾ ਹੈ, ਤਨ ਕਰਕੇ ਤੇ ਨਿਰਮਲ ਹੋ ਜਾਂਦਾ, ਕੱਪੜੇ ਤੇ ਸਾਫ ਸੁਥਰੇ ਹੋ ਜਾਂਦੇ ਨੇ, ਮਨ ਬੜਾ ਮੈਲਾ ਹੋ ਜਾਂਦਾ, ਬਹੁਤ ਮੈਲਾ ਹੋ ਜਾਂਦਾ। ਤਨ ਮੈਲਾ ਹੈ, ਕੱਪੜੇ ਮੈਲੇ ਨੇ, ਸਮਾਜ ਨੂੰ ਨਹੀਂ ਚੰਗਾ ਲੱਗਦਾ, ਮਨ ਮੈਲਾ ਹੈ, ਪਰਮਾਤਮਾ ਨੂੰ ਨਹੀਂ ਚੰਗਾ ਲੱਗਦਾ। ਔਰ ਪਰਮਾਤਮਾ ਕਹਿੰਦਾ ਜਗਤ ਜਿਸ ਤਰ੍ਹਾਂ ਭੇਜਿਆ ਸੀ ਤਿਵੇਂ ਵਾਪਸ ਆ। ਭਗਤ ਕਬੀਰ ਜੀ ਦੀ ਗੱਦੀ ਤੇ ਬਾਅਦ ਵਿੱਚ ਬੈਠੇ ਸਨ ਪ੍ਰਚਾਰ ਕਰਦੇ ਹੋਏ ਸੰਤ ਧਨੀ ਰਾਮ। ਸ਼ਾਇਦ ਆਪ ਨੂੰ ਪਤਾ ਹੋਵੇ ਭਾਰਤ ਦੇ ਜਿਹੜੇ ਸਤਨਾਮੀ ਨੇ, ਜਿਨ੍ਹਾਂ ਨੂੰ ਸਤਨਾਮੀ ਕਹਿੰਦੇ ਨੇ, ਉਹ ਜੁਲਾਹੇ ਨੇ, ਕਬੀਰਪੰਥੀ ਨੇ। ਤੇ ਸ਼ਾਇਦ ਆਪ ਨੂੰ ਇਹ ਵੀ ਪਤਾ ਹੋਵੇ ਇਹਨਾਂ ਦੇ ਚੋਂ 2 ਸਾਲ ਪਹਿਲੇ ਕੋਈ 700 ਸਤਨਾਮੀਆਂ ਨੇ ਅਲਾਹਾਬਾਦ ਵਿੱਚ ਅੰਮ੍ਰਿਤਪਾਨ ਕਰ ਲਿਆ, ਸਿੰਘ ਸਜ ਗਏ। ਇਹ ਸਤਨਾਮੀ ਕਹਿਲਾਉਂਦੇ ਨੇ, ਕਬੀਰ ਸਤਨਾਮ ਸਤਨਾਮ ਦਾ ਜਪ ਕਰਦੇ ਸਨ। ਤੋ ਕਬੀਰ ਦੇ ਜਿੱਥੇ ਜਿੱਥੇ ਵੀ ਮੱਠ ਬਣੇ ਹੋਏ ਨੇ, ਜ਼ਿਆਦਾ ਨੇ ਮੱਧੇ ਭਾਰਤ ਵਿੱਚ, ਗੋਂਦੀਆਂ, ਰਾਏਪੁਰ, ਬਿਲਾਸਪੁਰ, ਰਾਏਗੜ੍ਹ, ਇਸ ਇਲਾਕੇ ਵਿੱਚ, ਕਟਨੀ ਇਤਿਆਦਕ, ਇੱਧਰ ਕਬੀਰ ਦੇ ਮੱਠ ਬਹੁਤ ਸਾਰੇ ਨੇ, ਇਸ ਪਾਸੇ ਸਤਨਾਮੀ ਜ਼ਿਆਦਾ ਰਹਿੰਦੇ ਨੇ। ਔਰ ਇਸ ਇਲਾਕੇ 'ਚ ਵਿਆਪਕ ਪੱਧਰ 'ਤੇ ਬੀਜਕ ਗ੍ਰੰਥ ਦਾ ਪ੍ਰਚਾਰ ਕੀਤਾ, ਜੋ ਕਬੀਰ ਪੰਥੀਆਂ ਦਾ, ਕਬੀਰ ਜੀ ਦਾ ਗ੍ਰੰਥ ਹੈ ਬੀਜਕ, ਧਨੀ ਰਾਮ ਨੇ ਕੀਤਾ। ਅਤੇ ਧਨੀ ਰਾਮ ਨੇ ਕਬੀਰ ਦੇ ਨਾਂ 'ਤੇ ਬਹੁਤ ਸਾਰੀ ਬਾਣੀ ਵੀ ਉਚਾਰਨ ਕੀਤੀ, ਉਹ ਵੀ ਬੀਜਕ ਦੇ ਦਰਜ ਹੈ। ਧਨੀ ਰਾਮ ਅਨੁਭਵੀ ਪੁਰਸ਼ ਸੀ, ਰਸਕ ਪੁਰਸ਼ ਸੀ, ਜੋ ਕਬੀਰ ਨੂੰ ਸਮਝ ਸਕਿਆ ਤੇ ਕਬੀਰ ਦੀ ਗੱਲ ਜਗਤ ਦੇ ਸਾਹਮਣੇ ਰੱਖ ਸਕਿਆ, ਲਾਜ਼ਮੀ ਹੈ ਕਬੀਰ ਜੈਸਾ ਹੋਵੇਗਾ।
ਕਹਿੰਦੇ ਨੇ ਕਬੀਰ ਨੂੰ ਸਮਝੇਗਾ ਵੀ ਹੋਈ ਜਿਹੜਾ ਕਬੀਰ ਜੈਸਾ ਹੋਵੇ। ਮੈਂ ਹੁਣੇ ਅਰਜ਼ ਕੀਤੀ, ਇਹ ਵਡ ਉੱਚਾ ਹੋਵੇ ਕੋਏ, ਤਿਸ ਉੱਚੇ ਕੋ ਜਾਣੇ ਸੋਏ। ਸੰਤ ਨੂੰ ਸੰਤ ਸਮਝਦਾ, ਦੂਸਰਾ ਨਹੀਂ। ਤੇ ਪਰਮਾਤਮਾ ਨੂੰ ਵੀ ਉਹੀ ਸਮਝੇਗਾ ਜੋ ਪਰਮਾਤਮਾ ਜੈਸਾ ਹੋ ਜਾਏਗਾ, ਵਰਨਾ ਨਹੀਂ। ਹਰ ਜਨ ਐਸਾ ਚਾਹੀਏ ਜੈਸਾ ਹਰੀ ਹੀ ਹੋਏ। ਕਬੀਰ ਕਹਿੰਦੇ ਹਰੀ ਦਾ ਭਗਤ ਐਸਾ ਚਾਹੀਦਾ ਜੈਸਾ ਕਿ ਹਰੀ ਹੈ। ਇਹ ਮੰਦਿਰ ਮਸਜਿਦ ਗੁਰਦੁਆਰੇ ਇਸ ਵਾਸਤੇ ਨੇ, ਮਨੁੱਖ ਹਰੀ ਜੈਸਾ ਬਣੇ। ਜਿਸ ਦਿਨ ਹਰੀ ਜੈਸਾ ਬਣ ਗਿਆ, ਹਰੀ ਕਬੂਲ ਕਰ ਲਏਗਾ, ਪ੍ਰਮਾਨ ਕਰ ਲਏਗਾ। ਹਰੀ ਨਿਰਵੈਰ ਹੈ, ਮਨੁੱਖ ਨਿਰਵੈਰ ਹੋ ਜਾਏ। ਹਰੀ ਨਿਰਭੈ ਹੈ, ਮਨੁੱਖ ਨਿਰਭੈ ਹੋ ਜਾਏ। ਹਰੀ ਸਮਦ੍ਰਿਸ਼ਟ ਹੈ, ਮਨੁੱਖ ਸਮਦ੍ਰਿਸ਼ਟ ਹੋ ਜਾਏ। ਹਰੀ ਪ੍ਰੇਮ ਦਾ ਸਾਗਰ ਹੈ, ਮਨੁੱਖ ਪ੍ਰੇਮ ਦਾ ਸਾਗਰ ਹੋ ਜਾਏ। ਬਸ ਹਰੀ ਜੈਸਾ ਹੁੰਦੇ ਆਈ ਮਨੁੱਖ ਨੂੰ ਹਰੀ ਮਿਲ ਜਾਂਦਾ। ਇਸ ਵਾਸਤੇ ਕਬੀਰ ਤੇ ਕਹਿੰਦੇ ਨੇ ਹਰੀ ਦੀ ਤਲਾਸ਼ ਨਾ ਕਰੋ, ਹਰੀ ਜੈਸਾ ਬਣਨ ਦੀ ਕੋਸ਼ਿਸ਼ ਕਰੋ, ਫਿਰ ਹਰੀ ਮਿਲ ਜਾਏਗਾ, ਫਿਰ ਹਰੀ ਦੀ ਪ੍ਰਾਪਤੀ ਹੋ ਜਾਏਗੀ। ਧਨੀ ਰਾਮ ਦਾ ਇੱਕ ਬੜਾ ਕੀਮਤੀ ਬੋਲ ਹੈ। ਉਹ ਕਹਿੰਦਾ ਹੈ, ਹੇ ਪਰਿਪੂਰਨ ਪ੍ਰਮਾਤਮਾ, ਇਹ ਜੋ ਤੂੰ ਜੀਵਨ ਦੀ ਚਾਦਰ ਮੈਨੂੰ ਦਿੱਤੀ, ਇਹ ਜੋ ਜੀਵਨ ਦੀ ਕੰਬਲੀ ਤੂੰ ਮੈਨੂੰ ਦਿੱਤੀ, ਮੈਂ ਯਤਨਾਂ ਨਾਲ ਬੜੇ ਢੰਗ ਨਾਲ ਓੜੀ ਹੈ। ਇਹਨੂੰ ਕਿਧਰੇ ਮੈਲਾ ਨਹੀਂ ਆਉਣ ਦਿੱਤਾ, ਦਾਗੀ ਨਹੀਂ ਆਉਣ ਦਿੱਤਾ, ਤੇ ਫਾੜੀ ਵੀ ਨਹੀਂ ਹੈ, ਮੈਂ ਪੁਰਾਣੀ ਵੀ ਨਹੀਂ ਹੋਣ ਦਿੱਤੀ। ਬੜਾ ਕੀਮਤੀ ਬੋਲ ਹੈ। ਬੜੇ ਯਤਨ ਸੇ ਓਢੀ ਕਮਰੀਆ, ਜਿਉਂ ਕੀ ਤਿਉਂ ਧਰ ਦੀਨ ਚਦਰੀਆ। ਇਹ ਪ੍ਰਭੂ, ਜਿਵੇਂ ਤੂੰ ਮੈਨੂੰ ਚਾਦਰ ਦਿੱਤੀ ਸੀ, ਮੈਂ ਤੇਰੇ ਕਦਮਾਂ ਚ ਵੈਸੀ ਹੀ ਰੱਖ ਦਿੱਤੀ ਹੈ। ਅੰਤਿਮ ਸਮੇਂ ਜਦ ਧਨੀ ਰਾਮ ਨੇ ਚਲਾਣਾ ਕੀਤਾ, ਤੇ ਅੰਤਿਮ ਬੋਲ ਉਸਦੇ ਹੀ ਨੇ, ਹੇ ਪ੍ਰਭੂ, ਜਿਵੇਂ ਤੂੰ ਮੈਨੂੰ ਜਗਤ ਵਿੱਚ ਭੇਜਿਆ ਸੀ, ਜਿਵੇਂ ਚਾਦਰ ਤੂੰ ਜ਼ਿੰਦਗੀ ਦੀ ਮੈਨੂੰ ਦਿੱਤੀ ਸੀ, ਮੈਂ ਤਿਵੇਂ ਹੀ ਰੱਖ ਦਿੱਤੀ ਹੈ, ਮੈਲੀ ਨਹੀਂ ਆਉਣ ਦਿੱਤੀ, ਫਾੜੀ ਵੀ ਨਹੀਂ ਹੈ, ਦਾਗੀ ਨਹੀਂ ਆਉਣ ਦਿੱਤੀ। ਤੂੰ ਨਿਰਵੈਰ ਭੇਜਿਆ ਸੀ, ਨਿਰਵੈਰ ਆ ਰਹੇ ਹਾਂ। ਤੂੰ ਸਮਦ੍ਰਿਸ਼ਟ ਭੇਜਿਆ ਸੀ, ਬੱਚੇ ਨੂੰ ਦੁਸ਼ਮਣ ਚੁੱਕ ਲਵੇ, ਚੋਰ ਚੁੱਕ ਲਵੇ, ਉਸਨੂੰ ਕੁਛ ਵੀ ਨਹੀਂ ਪਤਾ ਇਹ ਚੋਰ ਹੈ, ਦੁਸ਼ਮਣ ਹੈ, ਇਹ ਸਾਡੀ ਬਰਾਦਰੀ ਦਾ ਨਹੀਂ, ਇਹ ਪੜੋਸੀ ਨਹੀਂ, ਉਹ ਤੇ ਵਿਤਕਰਿਆਂ ਤੋਂ ਪਰੇ ਬੱਚਾ ਮਾਸੂਮ। ਧਨੀ ਰਾਮ ਕਹਿੰਦਾ, ਹੇ ਪ੍ਰਭੂ, ਜਿਵੇਂ ਤੂੰ ਭੇਜਿਆ ਸੀ, ਮੈਂ ਤਿਵੇਂ ਵਾਪਸ ਆ ਗਿਆ। ਕਬੂਲ ਕਰ ਲੈ, ਪ੍ਰਵਾਨ ਕਰ ਲੈ। ਬੜੇ ਯਤਨ ਸੇ ਓਢੀ ਕਮਰੀਆ, ਜਿਉਂ ਕੀ ਤਿਉਂ ਧਰ ਦੀਨ ਚਦਰੀਆ। ਤਾਂ ਹੁਣ ਮੈਂ ਅਰਜ਼ ਕਰਾਂ, ਤਨ ਮੈਲਾ ਹੋ ਜਾਂਦਾ ਹੈ, ਹਾਲਾਤ ਵਿੱਚ ਅਲੂਦਗੀ ਹੈ, ਮੈਲ ਹੈ, ਮਨੁੱਖ ਦੀ ਮੰਗ ਤੇ ਨਹੀਂ ਹੈ ਮੈਲਾ ਹੋਣਾ, ਪਰ ਹੋ ਜਾਂਦਾ ਹੈ, ਮਨ ਵੀ ਮੈਲਾ ਹੁੰਦਾ ਹੈ। ਮਨ ਦੀ ਮੈਲ ਧੋਰਨ ਦੇ ਜੋ ਸਾਧਨ ਭਾਰਤ ਦੇ ਪ੍ਰਾਚੀਨ ਰਿਸ਼ੀ ਮੁਨੀਆਂ ਨੇ ਜੁਟਾਏ, ਬਸ ਗੁਰਮਤ ਗੁਰੂ ਨਾਨਕ ਉਸ ਨਾਲ ਸਹਿਮਤ ਨਹੀਂ ਹੋਏ, ਇੱਥੋਂ ਗੁਰਮਤ ਨਿਆਰੀ ਹੋ ਗਈ। ਉਹਨਾਂ ਦਾ ਕਹਿਣਾ ਸੀ, ਇਹ ਮਨ ਦੀ ਮੈਲ, ਮਨ ਦੀ ਮੈਲ ਪਾਪ ਹੈ, ਪਾਪ ਮਨ ਦੀ ਮੈਲ ਹੈ, ਪਰ ਇਹ ਪਾਪ ਧੁੱਲ ਜਾਣਗੇ। ਮਾਘੀ ਤੇ ਪ੍ਰਯਾਗਰਾਜ ਇਸ਼ਨਾਨ ਕਰੋ, ਕੁੰਭ ਤੇ ਹਰਿਦੁਆਰ ਇਸ਼ਨਾਨ ਕਰੋ, ਚੰਦਰ ਗ੍ਰਹਿਣ ਸੂਰਜ ਗ੍ਰਹਿਣ ਤੇ ਕੁਰੂਕਸ਼ੇਤਰ ਇਸ਼ਨਾਨ ਕਰੋ, 88 ਤੀਰਥ ਨੇ ਕਰੋ, ਇਹ ਪਾਪ ਧੁੱਲ ਜਾਣਗੇ। ਗੁਰੂ ਨਾਨਕ ਨਹੀਂ ਮੰਨਦੇ,
ਕਬੀਰ ਵੀ ਨਹੀਂ ਮੰਨਦੇ। ਕਬੀਰ ਨੇ ਤੇ ਸਾਫ ਕਹਿ ਦਿੱਤਾ ਹੈ, ਨਾਵਨ ਕੋ ਤੀਰਥ ਘਨੇ ਮਨ ਬੌਰਾਰੇ, ਪੂਜਨ ਕੋ ਬਹੁ ਦੇ। ਪੂਜਣ ਵਾਸਤੇ ਕੋਈ ਇੱਕ ਦੇਵਤਾ, 33 ਕਰੋੜ ਦੇਵਤੇ ਨੇ ਪਏ ਰਹੋ ਇਹਨਾਂ ਦੇ ਚੱਕਰਾਂ ਚ। ਇੱਕ ਦੀ ਪੂਜਾ, ਦੂਜੇ ਦੀ ਪੂਜਾ, ਤੀਜੇ ਦੀ ਪੂਜਾ। ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ, ਚੇਰੀ ਕੀ ਸੇਵਾ ਕਰੇ ਠਾਕੁਰ ਨਹੀਂ ਦੀਸੇ। ਚੇਲਿਆਂ ਦੀ ਸੇਵਾ ਕਰਦਾ ਮਾਲਕ, ਠਾਕੁਰ ਦਿਸਦਾ ਹੀ ਨਹੀਂ। ਦੇਵੀ ਦੇਵਤਿਆਂ ਦੇ ਚੱਕਰ ਚ ਪਿਆ, ਪਰਮਾਤਮਾ ਦਿਸਦਾ ਨਹੀਂ। ਚੇਰੀ ਕੀ ਸੇਵਾ ਕਰੀ ਠਾਕੁਰ ਨਹੀਂ ਦੀਸੇ, ਪੋਖਰ ਨੀਰ ਵਿਰੋਲੀਏ ਮਾਖਣ ਨਹੀਂ ਨੀਸੇ। ਰਿੜਕਦੇ ਨੇ ਪਾਣੀ ਤੇ ਜਦ ਮੰਥਨ ਕਰਦਿਆਂ ਕਰਦਿਆਂ ਥੱਕ ਜਾਂਦੇ ਨੇ ਤੇ ਮੱਖਣ ਨਿਕਲਦਾ ਨਹੀਂ, ਤੇ ਕਹਿੰਦੇ ਮੱਖਣ ਹੈ ਨਹੀਂ। ਹੁਣ ਕੌਣ ਦੱਸੇ ਪਾਣੀ ਰਿੜਕਿਆ? ਤੁਸੀਂ ਦਹੀਂ ਦਾ ਮੰਥਨ ਨਹੀਂ ਕੀਤਾ। ਕਹੋ ਕਬੀਰ ਛੂਟਣ ਨਹੀਂ ਮਨ ਬੌਰਾ ਰੇ, ਛੂਟਣ ਹਰ ਕੀ ਸੇਵ। ਹਰੀ ਦੇ ਚਿੰਤਨ ਨਾਲ ਹੀ ਹਿਰਦਾ ਸ਼ੁੱਧ ਹੋਵੇਗਾ ਔਰ ਜਨਮ ਮਰਨ ਦੇ ਬੰਧਨ ਕੱਟੇ ਜਾਣਗੇ, ਬੰਧਨ ਟੁੱਟਣਗੇ, ਉਂਝ ਨਹੀਂ ਟੁੱਟਣਗੇ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ, ਤੀਰਥ ਤਪ ਦਇਆ ਤਤ ਦਾਨ, ਜੇ ਕੋ ਪਾਵੇ ਤਿਲ ਕਾ ਮਾਣ। ਇੱਕ ਤਿਲ ਜਿੰਨਾ ਹੀ ਮਨੁੱਖ ਨੂੰ ਮਾਣ ਮਿਲ ਸਕਦਾ ਹੈ ਇਹਨਾਂ ਤੀਰਥਾਂ ਦੇ ਇਸ਼ਨਾਨ ਦਾ, ਲੋਕੀ ਕਹਿਣਗੇ ਬੰਦਾ ਧਾਰਮਿਕ ਹੈ। ਬਸ ਇਤਨਾ ਹੀ, ਉੱਥੇ ਜਾ ਕੇ ਇਸ਼ਨਾਨ ਕੀਤਾ, ਥੋੜਾ ਦਾਨ ਪੁੰਨ ਕੀਤਾ, ਇਸ ਦੀ ਥੋੜੀ ਜਿਹੀ ਇੰਨੀ ਮਹਿਮਾ ਹੋਵੇਗੀ, ਜਿਹੜੇ ਉਸਨੂੰ ਜਾਣਦੇ ਨੇ ਕਹਿ ਦੇਣਗੇ ਬੰਦਾ ਧਾਰਮਿਕ ਹੈ। ਮਨ ਦੀ ਮੈਲ ਨਹੀਂ ਉਤਰੇਗੀ। ਹੁਣ ਮੈਂ ਇੱਕ ਬੁਨਿਆਦੀ ਨੁਕਤਾ ਤੁਹਾਡੇ ਸਾਹਮਣੇ ਰੱਖਣ ਲੱਗਾ, ਬੜੇ ਗੌਰ ਨਾਲ ਇਸ ਨੂੰ ਸੁਣਨਾ ਤੇ ਪਕੜਨਾ। ਤਨ ਦੀ ਭੱਜ ਦੌੜ ਆਉਂਦੀ ਹੈ ਅਸਥਾਨ ਵਿੱਚ, ਸਪੇਸ ਵਿੱਚ। ਇਸ ਵਾਸਤੇ ਖੁੱਲੀ ਜਗ੍ਹਾ ਹੋਵੇ, ਖੁੱਲਾ ਵਾਤਾਵਰਣ ਹੋਵੇ, ਕੋਈ ਸਰੀਰ ਨੂੰ ਸਕੂਨ ਮਿਲਦਾ ਹੈ। ਕੋਈ ਖੁੱਲਾ ਘਰ ਹੋਵੇ, ਖੁੱਲਾ ਵਿਹੜਾ ਹੋਵੇ, ਖੁੱਲਾ ਸਥਾਨ ਹੋਵੇ, ਕੰਮ ਕਾਰ ਲਈ ਖੁੱਲਾ ਵਾਤਾਵਰਣ ਹੋਵੇ, ਸਰੀਰ ਭੱਜਦਾ ਦੌੜਦਾ ਹੈ ਅਸਥਾਨ ਵਿੱਚ, ਮਨ ਭੱਜਦਾ ਦੌੜਦਾ ਹੈ ਸਮੇਂ ਵਿੱਚ। ਸਮੇਂ ਵਿੱਚ ਮਨ ਤੇ ਮੈਲ ਕੀ ਹੈ? ਸਮੇਂ ਦੀ, ਕਾਲ ਦੀ। ਮੇਰੇ ਧਿਆਨ ਨਾਲ ਸੁਣਨਾ, ਜਗ੍ਹਾ ਨਹੀਂ ਹੈ ਬਾਹਰ, ਅਸਥਾਨ ਨਹੀਂ ਹੈ, ਸਰੀਰ ਕਿਵੇਂ ਭੱਜੇ ਦੌੜੇਗਾ? ਸਮਾਂ ਹੀ ਨਹੀਂ ਹੈ, ਮਨ ਕਿਸ ਤਰ੍ਹਾਂ ਭੱਜੇਗਾ, ਕਿਵੇਂ ਦੌੜੇਗਾ ਤੇ ਕਿਉਂ ਮੈਲਾ ਹੋਵੇਗਾ?